ਪੰਜਾਬੀ ਰੇਡੀਓ ਯੂਐਸਐਸ ਆਨ ਰੇਸਾਰੇ ਹਿਮਾਂਜੋਗਤ ਤੇ ਸਤਕਾਰ ਸਰੋਤਿਆਂ ਨੂੰ ਨਿੱਗੀ ਜੀ ਆਨ ਉਹ ਸਭ ਨੂੰ ਪਿਆਰ ਸਤਕਾਰ ਸਹਿਤ ਸਤਿ ਸ੍ਰੀ ਅਕਾਲ ਸੋਤੋ ਪ੍ਰੋਗਰਾਮ ਅਪਡੇਟ ਅਮਰੀਕਾ ਅਮਰੀਕਾ ਤੇ ਅੰਤਰਰਾਸ਼ਟਰੀ ਖਬਰਾਂ ਦੇ ਬੁਲਟਨ ਦੇ ਵਿੱਚ ਆਪ ਸਭ ਦਾ ਨਿਗਾ ਸਵਾਗਤ ਹੈ ਅੱਜ 22 ਅਗਸਤ ਦਿਨ ਸੋਮਵਾਰ ਤੇ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ ਅਮਰੀਕਾ ਤੇ ਅੰਤਰਰਾਸ਼ਟਰੀ ਖਬਰਾਂ ਵੈਦਰ ਸਟਾਕ ਮਾਰਕੀਟ ਐਕਸਚੇਂਜ ਰੇਟ ਸੋਨਾ ਚਾਂਦੀ ਦੇ ਰੇਟ ਦੀ ਜਾਣਕਾਰੀ ਸਾਡੇ ਅੱਜ ਦੇ ਅਪਡੇਟ ਅਮਰੀਕਾ ਦੇ ਬੁਲਟਨ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ ਇਸ ਨਾਲ ਨਾਲ ਸੰਤੋਸ਼ ਸਿੰਘ ਪਰਮਜੀਤ ਕ ਸਿਟੀ ਫਰੀਮੌਂਟ ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੇ ਗਿਆਨ ਸਿੰਘ ਨਾਗਰਾ ਸੈਨ ਹੋਜ਼ੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸਹਿਯੋਗ ਕਲਣਾ ਚਾਹੁੰਦੇ ਉਸਦੇ ਲਈ ਸੰਪਰਕ ਕਰੋ 4087227698 4087227698 ਤੇ ਆਓ ਹੁਣ ਆਪਾਂ ਅੱਜ ਦੀਆਂ ਖਬਰਾਂ ਦਾ ਬੁਲੇਟਿਨ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸੈਕ੍ਰੇਟਰੀ ਆਫ ਸਟੇਟ ਰਹਿ ਚੁੱਕੇ ਤੇ ਮੌਜੂਦਾ ਡੈਮੋਰੇਡ ਪਾਰਟੀ ਦੇ ਮੁੱਖ ਉਮੀਦਵਾਰ ਰਾਸ਼ਟਰਪਤੀ ਚੋਣਾਂ ਦੇ ਲਈ ਹੈਲਰੀ ਕਲਿੰਟਨ ਦੇ ਵਿਵਾਦਗ੍ਰਸਤ ਈਮੇਲ ਮਸਲੇ ਦੇ ਵਿੱਚ ਅੱਜ ਇੱਕ ਫੈਡਰਲ ਜੱਜ ਜੇਮਸ ਬੋਸਬਰਗ ਉਹਨਾਂ ਨੇ ਹੈਲਰੀ ਕਲਿੰਟਨ ਦੀਆਂ 14900 ਰਹਿ ਚੁੱਕੀਆਂ ਈਮੇਲਸ ਆ ਉਹਨਾਂ ਨੂੰ ਪਬਲਿਕ ਕਰਨ ਦੇ ਲਈ ਡੈਡਲਾਈਨ ਘੋਸ਼ਿਤ ਕਰ ਦਿੱਤੀ ਆ ਇਸ ਦੇ ਵਿੱਚ 22 ਸਤੰਬਰ ਤੱਕ ਡਿਪਾਰਟਮੈਂਟ ਨੂੰ ਇਹ ਸਾਰੀਆਂ ਈਮੇਲਸ ਰਿਵਿਊ ਕਰਨ ਤਾਂ ਕਿ ਮਿਡ ਅਕਤੂਬਰ ਤੱਕ ਇਹਨਾਂ ਈਮੇਲਸ ਨੂੰ ਲੋਕਾਂ ਤੱਕ ਪਬਲਿਕ ਕਰਨ ਦੇ ਲਈ ਆਖਿਆ ਗਿਆ ਆ ਇਹ ਈਮੇਲਸ FBI ਨੂੰ ਸੈਕਟਰੀ ਕਲਿੰਟਨ ਆ ਉਹਨਾਂ ਦੇ ਪ੍ਰਾਈਵੇਟ ਈਮੇਲ ਸਰਵਰ ਜਦੋਂ ਉਹ ਵਰਤ ਰਹੀ ਸੀ ਸੈਕਟਰੀ ਆਫ ਸਟੇਟ ਹੋਣ ਦੇ ਨਾਤੇ ਉਦੋਂ ਲੱਭੀਆਂ ਸਨ ਵੈਸੇ ਐ ਵੀ ਇਹਨੇ ਆਪਣੀ ਜਾਂਚ ਦੇ ਵਿੱਚ ਜੁਲਾਈ ਦੇ ਵਿੱਚ ਇਹ ਦੱਸ ਦਿੱਤਾ ਸੀਗਾ ਵੀ ਹੈਲਰੀ ਕਲੈਂਟਨ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਕ੍ਰਾਈਮ ਉਹ ਨਹੀਂ ਕੀਤਾ ਗਿਆ ਇਹਨਾਂ ਈਮੇਲਾਂ ਦੇ ਵਿੱਚ ਕਾਫੀ ਕੁਝ ਸਾਹਮਣੇ ਨਜ਼ਰ ਆਉਂਦਾ ਹੈ ਵੀ ਕਈਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਉਹਨਾਂ ਨੇ ਇਹ ਈਮੇਲਾਂ ਵਰਤੀਆਂ ਜਿਨ੍ਹਾਂ ਨੇ ਬਾਅਦ ਦੇ ਵਿੱਚ ਕਲੈਂਟਨ ਫਾਊਂਡੇਸ਼ਨਸ ਨੂੰ ਲੱਖਾਂ ਡਾਲਰ ਦਿੱਤੇ ਜਿਨ੍ਹਾਂ ਦੇ ਵਿੱਚ ਮਹਰੀਨ ਦੇ ਕ੍ਰਾਊਨ ਪ੍ਰਿੰਸ ਸੁਲਮਾਨ ਬਿਨ ਹਾਮਿਦ ਅਲ ਖਲੀਫਾ ਦਾ ਨਾਮ ਵੀ ਆਉਂਦਾ ਹੈ ਇੱਕ ਹੋਰ ਈਮੇਲ ਦੇ ਵਿੱਚ ਇਹ ਨਜ਼ਰ ਆਉਂਦਾ ਹੈ ਵੀ ਕੇਸੀ ਵਾਸਰਮੈਨ ਵਾਸਰਮੈਨ ਫਾਊਂਡੇਸ਼ਨ ਦੇ ਕੈਂਟ ਦੇ ਉੱਤੇ ਇੱਕ ਯੂਕੇ ਦੇ ਸੌਕਰ ਲੀਗ ਦੇ ਮੈਂਬਰ ਨੂੰ ਵੀਜ਼ਾ ਦਵਾਣ ਦੇ ਵਿੱਚ ਵੀ ਉਹਨਾਂ ਨੇ ਈਮੇਲ ਕੱਲੀ ਸੀ ਤੇ ਬਾਅਦ ਦੇ ਵਿੱਚ ਇਹ ਵੀ ਪਤਾ ਲੱਗਾ ਸੀਗਾ ਵੀ ਇਹ ਉਸ ਵਾਸਰਮੈਨ ਫਾਊਂਡੇਸ਼ਨ ਦੇ ਕੇਸੀ ਵਾਸਰਮੈਨ ਉਹਨਾਂ ਨੇ ਕਲਿੰਡਿਸ਼ ਕਲਿੰਟਨ ਫਾਊਂਡੇਸ਼ਨ ਦੇ ਲਈ 5 ਅਤੇ 10 ਮਿਲੀਅਨ ਦੀਆਂ ਦੋ ਵੱਖ-ਵੱਖ ਡੋਨੇਸ਼ਨਜ਼ ਕੱਲੀਆਂ ਸਨ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਦੇ ਦਰਮਿਆਨ ਜੇ ਇਹ ਈਮੇਲਜ਼ ਜਗ ਜाहिर ਹੁੰਦੀਆਂ ਨੇ ਤਾਂ ਇਸ ਦਾ ਫਾਇਦਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਖਾਸਾ ਚੁੱਕ ਸਕਦੇ ਨੇ ਨਵੰਬਰ ਵਿੱਚ ਹੋਣ ਜਾ ਰਹੀਆਂ ਪ੍ਰੈਜ਼ੀਡੈਂਸ਼ੀਅਲ ਜਨਰਲ ਇਲੈਕਸ਼ਨਜ਼ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트੍ਰੰਪ ਉਹਨਾਂ ਨੇ ਇਮੀਗ੍ਰੇਸ਼ਨ ਪਾਲਿਸਿਜ਼ ਦੇ ਉੱਤੇ ਥੋੜੀ ਨਰਮੀ ਦਿਖਾਉਣੀ ਸ਼ੁਰੂ ਕੀਤੀ ਆ ਉਹਨਾਂ ਨੇ ਡੈਪੋਟੇਸ਼ਨ ਇਮੀਗ੍ਰੇਸ਼ਨ ਪਾਲਿਸੀ ਦੇ ਮਸਲੇ ਦੇ ਉੱਤੇ ਗੱਲਬਾਤ ਕਰਦੇ ਆਖਿਆ ਵੀ ਉਹ ਹੁਣ ਇੱਕ ਐਸਾ ਪਲਾਨ ਬਣਾਉਣਗੇ ਜਿਸ ਦੇ ਵਿੱਚ ਜਿਹੜੇ ਤਕਰੀਬਨ 11 ਮਿਲੀਅਨ ਅਨ ਡਾਕੂਮੈਂਟਡ ਇਮੀਗ੍ਰੈਂਟਸ ਇਸ ਟਾਈਮ ਅਮਰੀਕਾ ਦੇ ਵਿੱਚ ਮੌਜੂਦ ਨੇ ਉਹਨਾਂ ਦੀ ਡੈਪੋਟੇਸ਼ਨ ਜਾਂ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਵਿਹਾਰ ਕਰਨਾ ਆ ਉਹ ਵਿਸ਼ੇਸ਼ ਪਲਾਨ ਬਣਾਉਣ ਦੇ ਲਈ ਆਖਰੇ ਨੇ ਉਹ ਜਿਸ ਤਰੀਕੇ ਨਾਲ ਪਹਿਲਾਂ ਲਗਾਤਾਰ ਕਹਿੰਦੇ ਰਹੇ ਵੀ ਸਾਰਿਆਂ ਨੂੰ ਹੀ ਰਿਪੋਰਟ ਕਰ ਦਿੱਤਾ ਜਾਵੇਗਾ ਉਸ ਦੇ ਉੱਤੇ ਕਾਫੀ ਨਰਮ ਹੋ ਚੁੱਕੇ ਨੇ ਕਈਆਂ ਦੇ ਮੰਨਣਾ ਹੈ ਵੀ ਇਸ ਦਾ ਮੁੱਖ ਕਾਰਨ ਪੋਲਸ ਦੇ ਵਿੱਚ ਲਗਾਤਾਰ ਆ ਰਹੀ ਗਿਰਾਵਟ ਨੂੰ ਦੇਖਿਆ ਗਿਆ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਹਿਸਪੈਨਿਕ ਲੀਡਰਸ ਆ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਫਾਕਸ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਡੋਨਲਡ 트ੰਪ ਨੇ ਆਖਿਆ ਵੀ ਉਹ ਕਾਨੂੰਨ ਨੂੰ ਫਾਲੋ ਕਰਨਾ ਚਾਹੁੰਦੇ ਨੇ ਤੇ ਬਸ ਉਹੀ ਚੀਜ਼ ਕਰ ਰਹੇ ਨੇ ਸਾਰਿਆਂ ਨੂੰ ਡੋਨਲਡ 트ੰਪ ਵੱਲੋਂ ਇਮੀਗ੍ਰੇਸ਼ਨ ਦੇ ਉੱਤੇ ਇਸ ਪਾਲਿਸੀ ਦੇ ਉੱਤੇ ਜਲਦ ਹੀ ਸਪੀਚ ਸੁਣਨ ਨੂੰ ਵੀ ਮਿਲ ਸਕਦੀ ਆ ਇਹਨਾਂ ਦੇ ਇਸ ਵਿਹਾਰ ਦੇ ਉੱਤੇ ਹੈਲਰੀ ਕਲਿੰਟਨ ਨੇ ਉਹਨਾਂ ਦੇ ਉੱਤੇ ਤਿੱਖੇ ਹਮਲੇ ਕਰਦੇ ਹੋਏ ਆਖਿਆ ਵੀ ਉਹ ਸਿਰਫ ਤੇ ਸਿਰਫ ਹਿਸਪੈਨਿਕ ਵੋਟਰਸ ਨੂੰ ਆਪਣੇ ਵੱਲ ਖਿੱਚਣ ਦੇ ਲਈ ਆਪਣੀ ਇਮੀਗ੍ਰੇਸ਼ਨ ਪਾਲਿਸੀ ਤੋਂ ਫਲੌਪ ਕਰ ਰਹੇ ਨੇ ਅਦਲਾ ਬਦਲੀ ਕਰ ਰਹੇ ਨੇ ਫਾਕਸ ਨਿਊਜ਼ ਦੇ ਇੱਕ ਪੋਲ ਦੇ ਅਨੁਸਾਰ ਹੈਲਰੀ ਕਲਿੰਟਨ ਹਿਸਪੈਨਿਕ ਕਮਿਊਨਿਟੀ ਦੇ ਵਿੱਚ ਡੋਨਲਡ ਟਰੰਪ ਦੇ ਨਾਲੋਂ 46 ਪੁਆਇੰਟ ਅੱਗੇ ਚੱਲ ਰਹੇ ਨੇ 20% ਹਿਸਪੈਨਿਕ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਜਦ ਕੀ ਬਹੁਮਤ 66% ਹੈਲਰੀ ਕਲਿੰਟਨ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਦੇ ਉੱਤੇ ਯੂਐਸ ਹਿਸਪੈਨਿਕ ਚੈਂਬਰ ਆਫ ਕਾਮਰਸ ਦੇ ਪ੍ਰੈਜ਼ੀਡੈਂਟ ਤੇ ਸੀਈਓ ਜੇਵੀਅਰ ਪੈਲੋਮੈਰੋਜ਼ੋਨ ਨੇ ਆਖਿਆ ਵੀ ਡੋਨਲਡ ਡੋਨਲਡ ਟਰੰਪ ਜਿਸ ਤਰੀਕੇ ਦੀ ਮਰਜੀ ਸਪੀਚ ਦੇ ਲੈਣ ਜਿਸ ਤਰੀਕੇ ਦਾ ਵਿਹਾਰ ਉਹਨਾਂ ਦਾ ਹਿਸਪੈਨਿਕਸ ਦੇ ਪ੍ਰਤੀ ਰਿਹਾ ਆ ਉਹ ਆਪਣੇ ਫੈਸਲੇ ਤੇ ਅਟਲ ਨੇ ਵੀ ਉਹ ਡੋਨਲਡ ਟਰੰਪ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਗੇ ਤੇ ਉਹਨਾਂ ਦੇ ਹੱਕ ਦੇ ਵਿੱਚ ਕਦੀ ਵੀ ਵੋਟ ਨਹੀਂ ਪਾਉਣਗੇ ਉਹਨਾਂ ਨੇ ਆਖਿਆ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਮੈਕਸੀਕਨ ਇਮੀਗ੍ਰੈਂਟਸ ਨੂੰ ਬਲਾਤਕਾਰੀ ਰੇਪਿਸਟ ਮਰਡਰਰਸ ਆਖਿਆ ਆ ਇਸ ਦੇ ਕਰਕੇ ਹਿਸਪੈਨਿਕਸ ਆਲਰੇਡੀ ਇਸ ਦੇਸ਼ ਦੇ ਵਿੱਚ ਅਬਿਊਜ਼ ਦਾ ਕਾਰਨ ਬਣ ਰਹੇ ਨੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਡੋਨਲਡ 트럼ਪ ਕਾਫੀ ਤਤੇ ਪਾਣੀ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਜਿੱਦਾਂ ਪਹਿਲਾਂ ਦੱਸਿਆ ਵੀ ਇਹਨਾਂ ਤੋਂ ਇਮੀਗ੍ਰੇਸ਼ਨ ਦੇ ਉੱਤੇ ਜਲਦ ਹੀ ਕਿਸੇ ਪਾਲਿਸੀ ਦੇ ਉੱਤੇ ਇਸ ਦੇ ਉੱਤੇ ਸਪੀਚ ਦੀ ਸਭ ਨੂੰ ਇੰਤਜ਼ਾਰ ਆ ਜਿਸ ਦੇ ਨਾਲ ਹੀ ਆਪਾਂ ਗੱਲ ਕਰਦੇ ਜਾਈਏ ਡੋਨਲਡ ਟਰੰਪ ਉਹਨਾਂ ਨੇ ਇਮੀਗ੍ਰੇਸ਼ਨ ਸਪੀਚ ਉਸ ਨੂੰ ਕੋਸ਼ਚਰ ਦੇ ਲਈ ਟਾਲਿਆ ਵੀ ਆ ਕਿਉਂਕਿ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਕਾਫੀ ਲੋਕਾਂ ਦੇ ਸਵਾਲ ਖੜੇ ਹੋ ਚੁੱਕੇ ਨੇ ਕੋਲਰਾਡੋ ਦੇ ਵਿੱਚ ਡੋਨਲਡ ਟਰੰਪ ਨੇ ਸਪੀਚ ਦੇਣੀ ਸੀ ਪਰ ਉਹਨਾਂ ਨੇ ਅਖੀਰਲੇ ਮੌਕੇ ਦੇ ਉੱਤੇ ਈਮੇਲ ਦੇ ਜ਼ਰੀਏ ਆਪਣੀ ਕੈਨਸਲੇਸ਼ਨ ਕੱਲੀ ਵੀ ਉਹ ਅੱਜ ਇਮੀਗ੍ਰੇਸ਼ਨ ਦੇ ਉੱਤੇ ਕਿਸੇ ਤਰੀਕੇ ਦੀ ਸਪੀਚ ਨਹੀਂ ਦੇਣਗੇ ਉਦੋਂ ਉਹਨਾਂ ਨੇ ਅੱਜ ਐਕਰਨ, ohio ਦੇ ਵਿੱਚ ਆਪਣੀ ਇੱਕ ਕੈਂਪੇਨ ਰੈਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਆਖਿਆ ਵੀ ਅਫਰੀਕਨ ਅਮਰੀਕਨ ਤੇ ਹਿਸਪੈਨਿਕ ਵੋਟਰਜ਼ ਉਹਨਾਂ ਨੂੰ ਡੋਨਲਡ 트ੰਪ ਦਾ ਸਾਥ ਦੇਣਾ ਚਾਹੀਦਾ ਆ ਉਹਨਾਂ ਨੇ ਬਾਰ-ਬਾਰ ਆਪਣੇ ਇਸ ਰੈਲੀ ਦੇ ਵਿੱਚ ਆਖਿਆ ਵਾਟ ਡੂ ਯੂ ਹੈਵ ਟੂ ਲੂਜ਼ ਤੁਸੀਂ ਕੀ ਹਾਰੋਗੇ ਜੇ ਮੈਂ ਰਾਸ਼ਟਰਪਤੀ ਬਣ ਜਾਊਗਾ ਉਹਨਾਂ ਨੇ ਇਹ ਆਖਿਆ ਵੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਦੇ ਕਰਕੇ ਅਫਰੀਕਨ ਅਮਰੀਕਨ ਤੇ ਹਿਸਪੈਨਿਕਸ ਉਹਨਾਂ ਦੇ ਹਾਲਾਤ ਵੱਤੋਂ ਬੱਤਰ ਹੋਏ ਨੇ ਇਸ ਸਰਕਾਰ ਨੇ ਇਹਨਾਂ ਨੂੰ ਫੇਲ ਕਰ ਦਿੱਤਾ ਆ ਰਿਪਬਲਿਕਨ ਪਾਰਟੀ ਦੇ ਨਾਮਿਨੀ ਡੋਨਲਡ ਟਰੰਪ ਇਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਦੇ ਵਿੱਚ ਆਈ ਨਰਮੀ ਜਿਹੜੀ ਆ ਇਹ ਸਾਫ ਸੰਕੇਤ ਦੇ ਰਹੀ ਆ ਵੀ ਪੋਲਸ ਦੇ ਕਰਕੇ ਇਹ ਕਾਫੀ ਚਿੰਤਤ ਨੇ ਤੇ ਆਪਣੇ ਵਰਤਾਰੇ ਦੇ ਵਿੱਚ ਖਾਸਾ ਫਰਕ ਲਿਆ ਰਹੇ ਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਬੋਥਲ ਦਾ ਵਿਦਿਆਰਥੀ ਅਲੈਨ ਇਵਾਨੋਵ 19 ਸਾਲਾ ਜਿਸ ਦੇ ਉੱਤੇ ਤਿੰਨ ਜਾਣਿਆਂ ਦੇ ਕਤਲ ਦੇ ਅਤੇ ਚੌਥੇ ਨੂੰ ਬੁਰੀ ਤਰ੍ਹਾਂ ਘਾਹਲ ਕਰਨ ਦੇ ਕਥਿਤ ਦੋਸ਼ ਸੀ ਉਹਨੇ ਅੱਜ ਅਦਾਲਤ ਦੇ ਵਿੱਚ ਆਪਣੇ ਆਪ ਨੂੰ નિર્ਦੋਸ਼ ਆਖਿਆ ਆ ਬੀਤੇ 30 ਜੁਲਾਈ ਨੂੰ ਇੱਕ ਹਾਊਸ ਪਾਰਟੀ ਦੇ ਵਿੱਚ ਆਪਣੀ ਗਰਲਫ੍ਰੈਂਡ ਤੋਂ ਨਾਰਾਜ਼ ਹੋਣ ਕਰਕੇ ਉੱਥੇ ਗੁੱਸੇ ਦੇ ਵਿੱਚ ਇਸ ਨੇ ਕਹਿੰਦੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਕੈਮੀਕ ਹਾਈ ਸਕੂਲ ਦੇ ਤਿੰਨ ਗ੍ਰੈਜੂਏਟ ਵਿਦਿਆਰਥੀ 19 ਸਾਲਾ ਐਨਾ ਬੂਈ 19 ਸਾਲਾ ਜੀਕਲੌਂਗ ਤੇ 19 ਸਾਲਾ ਹੀ ਜਾਰਡਨ ਐਬਨਰ ਉਹਨਾਂ ਦੀ ਮੌਤ ਹੋ ਗਈ ਸੀ ਤੇ ਚੌਥਾ ਮੁੰਡਾ ਵਿਲ ਕ੍ਰੇਮਰ 18 ਸਾਲਾ ਉਹ ਕਾਇਲ ਹੋਇਆ ਸੀ ਅਤੇ ਉਹ ਇਸ ਮੌਕੇ ਇਲਾਜ ਅਧੀਨ ਆ ਸਨਮੋਹਿਚ ਕਾਉਂਟੀ ਦੇ ਪ੍ਰੋਸੀਕਿਊਟਰ ਦੇ ਦੁਆਰਾ ਇਸ ਦੇ ਉੱਤੇ ਤਿੰਨ ਕਾਉਂਟ ਫਰਸਟ ਡਿਗਰੀ ਮਰਡਰ ਦੋ ਕਾਉਂਟ ਅਟੈਂਪਟਡ ਫਰਸਟ ਡਿਗਰੀ ਮਰਡਰ ਦੇ ਲਾਏ ਗਏ ਨੇ ਜੇ ਇਹ ਦੋਸ਼ ਇਸ ਦੇ ਉੱਤੇ ਸਾਬਤ ਹੁੰਦੇ ਨੇ ਤਾਂ ਇਸ ਦੀ ਸਜ਼ਾ ਉਮਰ ਕੈਦ ਵਿਦਆਊਟ ਪਰੋਲ ਜਾਂ ਸਜ਼ਾਏ ਮੌਤ ਹੋਵੇਗੀ ਅਜੇ ਪ੍ਰੋਸੀਕਿਊਟਰਸ ਦੇ ਦੁਆਰਾ ਇਹ ਫੈਸਲਾ ਨਹੀਂ ਲਿਆ ਗਿਆ ਵੀ ਇਸ ਦੇ ਲਈ ਸਜ਼ਾਏ ਮੌਤ ਮੰਗਣੀ ਹੈ ਜਾਂ ਉਮਰ ਕੈਦ ਇਸ ਮੌਕੇ ਦੇ ਉੱਤੇ ਐਲਨ ਇਵਾਨੋਵ ਨੂੰ ਬਗੈਰ ਜਮਾਨਤ ਤੋਂ ਜੇਲ੍ਹ ਦੇ ਵਿੱਚ ਡਕਿਆ ਹੋਇਆ ਆ ਇਥੇ ਇਹ ਚੀਜ਼ ਗੌਰ ਕਰਨ ਵਾਲੀ ਆ ਐਲਨ ਇਵਾਨੋਵ ਜਿਸ ਨੇ AR-15 ਦੇ ਨਾਲ ਉੱਥੇ ਗੋਲੀਬਾਰੀ ਕੀਤੀ ਸੀਗੀ 19 ਸਾਲ ਦਾ ਹੋਣ ਕਰਕੇ ਇਹ ਬੰਦੂਕ ਤਾਂ ਖਰੀਦ ਸਕਦਾ ਸੀ ਪਰ 21 ਖਰੀਦਣ ਦੇ ਵਿੱਚ ਸਮਰਥ ਸੀ ਇਹ ਅਮਰੀਕਾ ਦੀਆਂ ਜਾਂ ਉਹ ਸਟੇਟ ਦੀਆਂ ਗਨ ਪਾਲਿਸੀਜ਼ ਦੇ ਉੱਤੇ ਕਾਫੀ ਪ੍ਰਸ਼ਨ ਚਿੰਨ ਉਠਾਉਂਦੀਆਂ ਨੇ ਰਸ਼ੀਆ ਦੇ ਲੜਾਕੂ ਜਹਾਜ਼ਾਂ ਦੁਆਰਾ ਪਿਛਲੇ ਦਿਨਾਂ ਦੇ ਵਿੱਚ ਸਿਰਿਆ ਤੇ ਹਵਾਈ ਹਮਲੇ ਕਿਤੇ ਜਾ ਰਹੇ ਸਨ ਇਸ ਸੰਬੰਧ ਵਿੱਚ ਰੂਸ ਦਾ ਕਹਿਣਾ ਹੈ ਵੀ ਉਹ ਆਪਣੇ ਟੀਚੇ ਦੇ ਵਿੱਚ ਕਾਮਯਾਬੀ ਪ੍ਰਾਪਤ ਕਰ ਚੁੱਕਾ ਹੈ ਇਸ ਕਰਕੇ ਹੋਰ ਈਰਾਨ ਦੇ ਹਮਦਾਦ 에ਅਰ ਬੇਸ ਨੂੰ ਉਹ ਹੋਰ ਨਹੀਂ ਵਰਤਣਗੇ ਤੇ ਉਥੋਂ ਉਹ ਵਾਪਸ ਜਾ ਰਹੇ ਨੇ ਇਸ ਖਬਰ ਦੀ ਪੁਸ਼ਟੀ ਰਸ਼ੀਆ ਦੇ ਰੱਖਿਆ ਮੰਤਰੀ ਦੇ ਸਪੋਕਸਮੈਨ ਉਹਨਾਂ ਨੇ ਈਮੇਲ ਦੇ ਦੁਆਰਾ ਕੀਤੀ ਪਰ ਨਾਲ ਹੀ ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਵੀ ਜੇਕਰ ਆਉਂਦੇ ਸਮੇਂ ਦੇ ਵਿੱਚ ਅਤਵਾਦ ਦੇ ਉੱਤੇ ਕਾਬੂ ਕਰਨ ਦੇ ਲਈ ਲੜਾਕੂ ਜਹਾਜ਼ਾਂ ਨੂੰ ਫੇਰ ਇਸ ਇਲਾਕੇ ਦੇ ਵਿੱਚ ਲਿਆਉਣਾ ਪਿਆ ਤਾਂ ਉਹ ਇਸ ਚੀਜ਼ ਤੋਂ ਅੰਗਰੇਜ਼ ਨਹੀਂ ਕਰਨਗੇ ਅਤੇ ਈਰਾਨ ਦੇ ਇਸ 에ਅਰਬੇਸ ਨੂੰ ਮੁੜ ਦੁਬਾਰਾ ਵਰਤਣਗੇ ਈਰਾਨ ਦੇ ਇਸ 에ਅਰਬੇਸ ਨੂੰ ਰੂਸ ਦੇ ਲੜਾਕੂ ਜਹਾਜ਼ਾਂ ਵੱਲੋਂ ਵਰਤੇ ਜਾਣ ਦੇ ਉੱਤੇ ਅਮਰੀਕਾ ਅਤੇ ਹੋਰ ਨੈਟੋ ਦੇਸ਼ਾਂ ਦੇ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਸੀ ਵਰਜੀਨੀਆ ਦੇ ਗਵਰਨਰ ਟੈਰੀ ਮੈਕੁਲੀਫ ਉਹਨਾਂ ਨੇ ਅਪਰਾਧੀਆਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਬਹਾਲ ਕਰਨ ਦੇ ਲਈ ਨਵੇਂ ਕਦਮ ਚੱਕੇ ਨੇ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਇੱਕ ਵਾਰੀ ਫੇਰ ਸਾਰੇ ਹੀ ਅਪਰਾਧੀਆਂ ਦੇ VOTING RIGHTS ਆ ਉਹਨਾਂ ਨੂੰ ਬਹਾਲ ਕਰ ਦਿੱਤਾ ਆ ਜਿਗਰ ਜੋ ਗੱਲ ਆ ਵੀ ਵਰਜੀਨੀਆ ਦੇ ਸੁਪਰੀਮ ਕੋਰਟ ਆ ਉਹਨਾਂ ਦੇ ਦੁਆਰਾ ਪਿਛਲੇ ਮਹੀਨੇ ਇਹ ਫੈਸਲਾ ਆਇਆ ਸੀਗਾ ਵੀ ਗਵਰਨਰ ਅਪਰਾਧੀਆਂ ਦੇ ਵੋਟ ਪਾਉਣ ਦੇ ਅਧਿਕਾਰ ਦੇ ਉੱਤੇ ਇਸ ਤਰੀਕੇ ਦੇ ਨਾਲ ਫੈਸਲਾ ਨਹੀਂ ਕਰ ਸਕਦੇ ਪਰ ਇਸ ਦੇ ਉਲਟ ਜਾਂਦਿਆਂ ਵਰਜੀਨੀਆ ਦੇ ਗਵਰਨਰ ਉਹਨਾਂ ਨੇ ਆਖਿਆ ਵੀ ਇਸ ਨਵੰਬਰ ਦੇ ਵਿੱਚ ਇਲੈਕਸ਼ਨ ਦੇ ਲਈ 13000 ਅਪਰਾਧੀਆਂ ਦੇ ਆ ਐਪਲੀਕੇਸ਼ਨਸ ਆ ਉਹਨਾਂ ਨੂੰ ਉਹ ਪ੍ਰੋਸੈਸ ਕਰਨਗੇ ਇੱਥੇ ਬੋਲਦੇ ਹੋਏ ਉਹਨਾਂ ਨੇ ਆਖਿਆ ਵੀ ਅਸੀਂ ਉਹਨਾਂ ਹੀ ਅਪਰਾਧੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਬਹਾਲ ਕਰਾਂਗੇ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਦੀ ਪਰੋਲ ਖਤਮ ਹੋ ਚੁੱਕੀ ਆ ਤੇ ਜਾਂ ਉਹ ਜੌਬਸ ਦੇ ਉੱਤੇ ਕੰਮਕਾਰ ਦੇ ਵਿੱਚ ਦੁਬਾਰਾ ਲੱਗ ਗਏ ਨੇ ਤਸੋ ਤੇ ਸੋਨ ਰਹੀ ਆ ਪੰਜ ਦੀਆਂ ਕੁਝ ਅਹਿਮ ਖਬਰਾਂ ਹੁਣ ਤੁਹਾਨੂੰ ਵੈਦਰ ਸਟਾਕ ਮਾਰਕੀਟ ਐਕਸੇਨ ਰਿਡੀ ਜਾਣਕਾਰੀ ਦੇ ਨਾਲ ਸ਼ੁਰੂਆਤ ਕਰਦੇ ਆ ਸੈਨ ਹੋਜ਼ੇ ਦੇ ਵੈਦਰ ਤੋਂ ਜਿੱਥੇ ਕੀ ਮੰਗਲਵਾਰ ਨੂੰ 79 ਡਿਗਰੀ ਹਾਈ 57 ਡਿਗਰੀ ਲੋ ਸੈਨ ਫਰਾਂਸਿਸਕੋ ਵਿੱਚ 63 ਡਿਗਰੀ ਹਾਈ 40 ਡਿਗਰੀ ਲੋ ਸੈਕਰਾਮੈਂਟੋ ਵਿੱਚ 88 ਡਿਗਰੀ ਹਾਈ 52 ਡਿਗਰੀ ਲੋ ਯੂਬਾ ਸਿਟੀ ਵਿੱਚ 92 ਡਿਗਰੀ ਹਾਈ 58 ਡਿਗਰੀ ਲੋ ਸਟਾਕਟਨ ਦੇ ਵਿੱਚ 91 ਡਿਗਰੀ ਹਾਈ 57 ਡਿਗਰੀ ਲੋ ਟ੍ਰੇਸੀ ਵਿੱਚ 92 ਡਿਗਰੀ ਹਾਈ 58 ਡਿਗਰੀ ਲੋ ਮੋਡੇਸਟੋ ਵਿੱਚ 95 ਡਿਗਰੀ ਹਾਈ 61 ਡਿਗਰੀ ਲੋ ਫਰੇਜ਼ਨੋ ਵਿੱਚ 98 ਗ੍ਰਿਲੋ ਬੇਕਰਸਫੀਲਡ ਵਿੱਚ 99 ਡਿਗਰੀ ਹਾਈ 73 ਡਿਗਰੀ ਲੋ ਲਾਸ ਐਂਜਲਸ ਚ 80 ਡਿਗਰੀ ਹਾਈ 64 ਡਿਗਰੀ ਲੋ ਰੌਕੀ ਦੇ ਵਿੱਚ 79 ਡਿਗਰੀ ਹਾਈ 37 ਡਿਗਰੀ ਲੋ ਸਾਊਥ ਲੇਕ ਟਾਹੋ ਦੇ ਵਿੱਚ 79 ਡਿਗਰੀ ਹਾਈ 38 ਡਿਗਰੀ ਲੋ ਪੋਰਟਲੈਂਡ ਓਰੀਗਨ ਦੇ ਵਿੱਚ 84 ਡਿਗਰੀ ਹਾਈ 56 ਡਿਗਰੀ ਲੋ ਸਿਆਟਲ ਵਾਸ਼ਿੰਗਟਨ ਦੇ ਵਿੱਚ 78 ਡਿਗਰੀ ਹਾਈ 59 ਡਿਗਰੀ ਲੋ ਫਲੈਗਸਟਾਫ ਅਰੀਜ਼ੋਨਾ ਦੇ ਵਿੱਚ 48 ਡਿਗਰੀ ਹਾਈ 47 ਡਿਗਰੀ ਲੋ 60% ਚਾਂਸ ਨੇਮੀ ਪੈਣ ਦੇ ਸੌ ਲੇਕ ਸਿਟੀ ਯੂਟਾ ਦੇ ਵਿੱਚ 88 ਡਿਗਰੀ ਹਾਈ 57 ਡਿਗਰੀ ਲੋ ਸ਼ਿਕਾਗੋ ਇਲਨੋਇਸ ਦੇ ਵਿੱਚ 82 ਡਿਗਰੀ ਹਾਈ 70 ਡਿਗਰੀ ਲੋ ਰਾਤ ਨੂੰ ਮੀਂਹ ਪੈ ਸਕਦਾ ਆ ਨਿਊਯਾਰਕ ਦੇ ਵਿੱਚ 83 ਡਿਗਰੀ ਹਾਈ 68 ਡਿਗਰੀ ਲੋ ਟੈਂਪਰੇਚਰ ਰਹੇਗਾ ਟੋਰਾਂਟੋ ਕੈਨੇਡਾ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ 17 ਡਿਗਰੀ ਸੈਲਸੀਅਸ ਲੋ ਵਿਨੀਪੈਗ ਕੈਨੇਡਾ ਦੇ ਵਿੱਚ 31 ਡਿਗਰੀ ਸੈਲਸੀਅਸ ਹਾਈ 19 ਡਿਗਰੀ ਸੈਲਸੀਅਸ ਲੋ ਕੈਲਗਰੀ ਕੈਨੇਡਾ 'ਚ 14 ਡਿਗਰੀ ਸੈਲਸੀਅਸ ਆਈ 8 ਡਿਗਰੀ ਸੈਲਸੀਅਸ ਲੋ ਵੈਨਕੂਵਰ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ 12 ਡਿਗਰੀ ਸੈਲਸੀਅਸ ਲੋ ਅਮ੍ਰਿਤਸਰ ਪੰਜਾਬ 'ਚ 34 ਡਿਗਰੀ ਸੈਲਸੀਅਸ ਆਈ 26 ਡਿਗਰੀ ਸੈਲਸੀਅਸ ਲੋ ਮੈਲਬਨ ਆਸਟ੍ਰੇਲੀਆ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ 5 ਡਿਗਰੀ ਸੈਲਸੀਅਸ ਲੋ ਲੰਡਨ ਯੂਕੇ ਦੇ ਵਿੱਚ 28 ਡਿਗ डिग्री सेल्सियस लो पेरिस फ्रांस ਦੇ ਵਿੱਚ 32 डिग्री सेल्सियस ਆਏ ਤੇ 18 डिग्री सेल्सियस ਲੋ ਟੈਂਪਰੇਚਰ ਰਹੇਗਾ ਦਸਰੋਤ ਇਹ ਸੀਗੀ ਵੈਦਰ ਰਿਪੋਰਟ ਉਹ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਜਾਣਕਾਰੀ ਦਿੰਨੇ ਆ ਸੋਮਵਾਰ ਦੀ ਕਲੋਜ਼ਿੰਗ ਤੱਕ ਡਾਉ ਜੋਨਸ ਦੇ ਵਿੱਚ 23 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ 18529 ਤੇ ਮਾਰਕੀਟ ਕਲੋਜ਼ ਹੋਈ ਨੈਸਟੈਕ ਦੇ ਵਿੱਚ 6 ਪੁਆਇੰਟ ਵਧੇ 5244 ਤੇ ਮਾਰਕੀਟ ਕਲੋਜ਼ ਹੋਈ ਐਸ ਐਨ ਪੀ ਦੇ ਵਿੱਚ 1 ਪੁਆਇੰਟ ਘਟਿਆ 2182 ਤੇ ਮਾਰਕੀਟ ਕਲੋਜ਼ ਹੋਈ ਵਿਸ਼ਰ 5000 ਦੇ ਵਿੱਚ 2 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ आई 668 ਦੇ ਉਤੇ ਮਾਰਕੀਟ ক্লোਜ਼ ਹੋਈ 1 US ਡਾਲਰ ਦੀ ਕੀਮਤ 67 ਰੁਪਏ 17 ਪੈਸੇ 1 ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 94 ਪੈਸੇ 1 ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 88 ਰੁਪਏ 28 ਪੈਸੇ 1 ਯੂਰੋ ਦੀ ਕੀਮਤ 76 ਰੁਪਏ 8 ਪੈਸੇ 1 ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 25 ਪੈਸੇ 1 ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 99 ਪੈਸੇ 1 ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 72 ਪੈਸੇ 1 ਬਹਿਰਿਨ ਦਿਨਾਰ ਦੀ ਕੀਮਤ 178 ਰੁਪਏ 17 ਪੈਸੇ 1 ਕੁਵੈਤ ਦੇ ਦਿਨ 28.99 ਪੈਸੇ 1 US ਡਾਲਰ 1 ਡਾਲਰ 29 ਸੈਂਟ ਕੈਨੇਡੀਅਨ ਡਾਲਰ ਰਿਆ ਸੋਨੇ ਦਾ ਭਾ 1337 ਡਾਲਰ 84 ਸੈਂਟ ਪ੍ਰਤੀ ਆਉਂਸ ਚਾਂਦੀ ਦਾ ਭਾ 16.96 ਸੈਂਟ ਪ੍ਰਤੀ ਆਉਂਸ ਰਿਆ ਤੁਸੀਂ ਲੋਤੋ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ ਮੇਰੇ ਵੱਲੋਂ ਆਪ ਸਭ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿ ਦੁਨੋ ਅੱਜ ਜੋੜ ਕੇ ਨਿੱਗੀ ਜਹੀ ਸਤ ਸ੍ਰੀ ਅਕਾਲ ਜਿੰਨੇ ਵਾਸਤੇ ਰੋ ਹਾਸੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂ ਐਸ ਏ you <laughs>